ਭਾਰਤ ਵਿੱਚ ਕਰੋਨਾ ਕੇਸਾਂ ਦੀ ਗਿਣਤੀ ਵੱਧ ਕੇ 37,336 ਹੋ ਗਈ ਹੈ। ਉੱਧਰ 1200 ਤੋਂ ਵੱਧ ਲੋਕ ਕਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਨੇ। ਪੰਜਾਬ ਦੀ ਗੱਲ ਕਰੀਏ ਤਾਂ ਇੱਕ ਵੱਡੇ ਵਾਧੇ ਨਾਲ ਪੰਜਾਬ ਵਿੱਚ ਇਹ ਗਿਣਤੀ 670 ਦੇ ਪਾਰ ਹੋ ਗਈ ਹੈ। ਫਾਜ਼ਿਲਕਾ ਵਿੱਚ 4 ਕੇਸ ਆਉਣ ਤੋਂ ਬਾਅਦ ਹੁਣ ਪੰਜਾਬ ਦਾ ਕੋਈ ਵੀ ਜ਼ਿਲ੍ਹਾ ਕਰੋਨਾ ਤੋਂ ਅਛੂਤਾ ਨਹੀਂ ਰਿਹਾ। ਪਿਛਲੇ 3 ਦਿਨਾਂ ਦੀ ਗੱਲ ਕਰੀਏ ਤਾਂ ਪਿਛਲੇ 3 ਦਿਨਾਂ ਵਿੱਚ 300 ਦੇ ਕਰੀਬ ਕੇਸ ਸਾਹਮਣੇ ਆ ਚੁੱਕੇ ਨੇ। ਜ਼ਿਆਦਾਤਰ ਮਰੀਜ਼ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਅਤੇ ਕੋਟਾ ਤੋਂ ਆਏ ਵਿਦਿਆਰਥੀ ਨੇ। ਸਿਹਤ ਵਿਭਾਗ ਵੱਲੋਂ ਲਏ ਗਏ ਸੈਂਪਲਾਂ ਦੀ ਗੱਲ ਕਰੀਏ ਤਾਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਰਿਪੋਰਟਾਂ ਆਉਣ ਤੋਂ ਬਾਅਦ ਪੰਜਾਬ ਵਿੱਚ ਇਹ ਗਿਣਤੀ 1500 ਤੱਕ ਪਹੁੰਚ ਸਕਦੀ ਹੈ। ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਦੇ ਪੋਜ਼ਿਟਿਵ ਮਾਮਲਿਆਂ ਨੇ ਪੰਜਾਬ ਵਿੱਚ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਸਿੱਖ ਜਥੇਬੰਦੀਆਂ ਅਤੇ ਨੰਦੇੜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇੱਥੋਂ ਚੱਲਣ ਸਮੇਂ ਟੈਸਟ ਕੀਤੇ ਗਏ ਤਾਂ ਟੈਸਟ ਨੈਗੇਟਿਵ ਪਾਏ ਗਏ, ਫਿਰ ਪੰਜਾਬ ਪਹੁੰਚਦਿਆਂ ਪੋਜ਼ਿਟਿਵ ਕਿਵੇਂ ਹੋ ਗਏ? ਸਿੱਖ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮਾਮਲੇ ਵਿੱਚ ਤੁਰੰਤ ਜਾਂਚ ਦੀ ਮੰਗ ਕਰ ਰਹੇ ਨੇ। ਉੱਧਰ ਨਾਂਦੇੜ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਰੇਕ ਸ਼ਰਧਾਲੂ ਦਾ 3-3 ਵਾਰ ਟੈਸਟ ਹੋਇਆ ਅਤੇ ਸਾਰੇ ਟੈਸਟ ਨੈਗੇਟਿਵ ਪਾਏ ਗਏ ਸਨ। ਉਹਨਾਂ ਕਿਹਾ ਕਿ ਪੰਜਾਬ ਪਰਤੇ ਸ਼ਰਧਾਲੂਆਂ ਨੂੰ ਰਸਤੇ ਵਿੱਚੋਂ ਕਿਧਰੇ ਲਾਗ ਲੱਗੀ ਹੋ ਸਕਦੀ ਹੈ, ਕਿਉਂਕਿ ਸ਼ਰਧਾਲੂਆਂ ਨੇ ਇੰਦੌਰ ਵਿੱਚ ਲੰਗਰ ਛਕਿਆ ਸੀ। ਦੱਸਣਯੋਗ ਹੈ ਕਿ ਇੰਦੌਰ ਵਿੱਚ ਕਰੋਨਾ ਦੀ ਵੱਡੀ ਮਾਰ ਪਾਈ ਹੋਈ ਹੈ। ਦੂਜੇ ਪਾਸੇ ਕੁਝ ਲੋਕ ਇਸ ਨੂੰ ਨਾਂਦੇੜ ਪ੍ਰਸ਼ਾਸਨ ਦੀ ਵੀ ਨਾਕਾਮੀ ਮੰਨ ਰਹੇ ਨੇ। ਏਸੀ ਬੱਸਾਂ ਵਿੱਚ ਆਏ ਸ਼ਰਧਾਲੂ ਹੁਣ ਏਸੀ ਬੱਸਾਂ ਨੂੰ ਹੀ ਇਸ ਦਾ ਕਾਰਨ ਮੰਨ ਰਹੇ ਨੇ। ਲੋਕਾਂ ਦਾ ਕਹਿਣਾ ਹੈ ਕਿ ਕਰੋਨਾ ਦੀ ਲਾਗ ਦਾ ਵੱਡਾ ਕਾਰਨ ਏਸੀ ਬੱਸਾਂ ਨੇ। ਉੱਧਰ ਲੁਧਿਆਣਾ ਵਿਖੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਅਤੇ ਕੋਟਾ ਤੋਂ ਆਏ ਵਿਦਿਆਰਥੀਆਂ ਵੱਲੋਂ ਕੱਲ੍ਹ ਹੰਗਾਮਾ ਕੀਤਾ ਗਿਆ। ਆਈਸੋਲੇਸ਼ਨ ਵਾਰਡ 'ਚ ਬਾਰੀਆਂ 'ਚੋਂ ਹੱਥ ਹਿਲਾ ਕੇ ਵਿਦਿਆਰਥੀਆਂ ਅਤੇ ਸ਼ਰਧਾਲੂਆਂ ਨੇ ਆਪਣਾ ਵਿਰੋਧ ਜ਼ਾਹਰ ਕੀਤਾ। ਉੱਧਰ ਬਾਹਰ ਉਹਨਾਂ ਦੇ ਪਰਿਵਾਰਕ ਮੈਂਬਰ ਵਿਰੋਧ ਜ਼ਾਹਰ ਕਰ ਰਹੇ ਸਨ। ਆਈਸੋਲੇਸ਼ਨ ਵਾਰਡ 'ਚ ਦਾਖਲ ਵਿਦਿਆਰਥੀਆਂ ਅਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਹਨਾਂ ਦੇ ਬੱਚਿਆਂ ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਨੇ, ਪਰ ਇਸ ਦੇ ਬਾਵਜੂਦ ਉਹਨਾਂ ਨੂੰ ਅਜਿਹੀ ਜਗ੍ਹਾ ਰੱਖਿਆ ਗਿਆ ਹੈ ਜਿੱਥੇ ਸ਼ੱਕੀ ਲੋਕ ਵੀ ਰੱਖੇ ਹੋਏ ਹਨ। ਅਜਿਹੇ 'ਚ ਉਹਨਾਂ ਦੇ ਬੱਚਿਆਂ 'ਚ ਵਾਇਰਸ ਫੈਲਣ ਦਾ ਡਰ ਹੈ। ਉਹਨਾਂ ਦੋਸ਼ ਲਗਾਇਆ ਕਿ ਹਸਪਤਾਲ 'ਚ ਖਾਣ ਪੀਣ ਦਾ ਪ੍ਰਬੰਧ ਨਹੀਂ ਹੈ ਅਤੇ ਬਾਥਰੂਮ 'ਚ ਗੰਦਗੀ ਪਈ ਹੈ। ਇਹਨਾਂ ਬਾਥਰੂਮਾਂ ਨੂੰ ਪੋਜ਼ੀਟਿਵ ਮਰੀਜ਼ ਵੀ ਵਰਤ ਰਹੇ ਨੇ ਅਤੇ ਸ਼ੱਕੀ ਮਰੀਜ਼ ਵੀ। ਦੂਜੇ ਪਾਸੇ ਪ੍ਰਸ਼ਾਸਨ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਖਾਣੇ ਦਾ ਇੰਤਜ਼ਾਮ ਕੁਝ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵਾਸਤੇ ਹੋ ਸਕਦਾ ਹੈ ਕਿ ਕਿਸੇ ਵੇਲੇ ਖਾਣਾ ਲੇਟ ਹੋ ਗਿਆ ਹੋਵੇ। ਤੁਹਾਡੀ ਇਸ ਮਾਮਲੇ ਬਾਰੇ ਕੀ ਰਾਏ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਧੰਨਵਾਦ।